हाँ जी किसान वीरों स्वागत है तुहाडा अपने यूट्यूब चैनल बावा डेयरी फार्म दे उत्ते। जी अज दी वीडियो विच आपां तिन गावां सेल लई लैके आए जी। तिन्ने टॉप दियां ने ते रेट इहदे वीर ने बिल्कुल जायज़ रखे आ। ते जिहड़े वीरां ने हले तक अपने चैनल नूं सबसक्राइब नहीं कीता बेनती है चैनल नूं सबसक्राइब कर लो ते नाल लग्या घंटी दा बटन प्रेस कर लो जी तां कि हर इक आउण वाली नवीं वीडियो दा नोटिफिकेशन सब तों पहलां तुहाडे तक पहुँच सके। आओ पाउंदे आपां वीर ते इहनां दी डिटेल अज विच। ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੀਰੇ ਨਾਮ ਤੇ ਐਡਰੈਸ ਬੋਲਦੇ? ਨਾ ਵੀਰੇ ਸੋਨੂਆ ਪਿੰਡ ਹਮਦਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ। ਤਹਿਸੀਲ ਨਿਹਾਲ ਸਿੰਘ ਆ ਨੇੜੇ ਪਿੰਡ ਸੋਨੇ ਕਿਹੜਾ ਰਹਿ ਜਾਂਦਾ? ਡਾਕਟਰ ਆਪਾਂ ਨੂੰ ਭਦੌੜ ਵੀ ਨੇੜੇ ਰਹਿ ਜਾਂਦਾ ਇਧਰੋਂ ਨਿਹਾਲ ਸਿੰਘ ਵਾਲਾ ਵੀ ਨਾਲ ਹੀ। ਮੋਬਾਈਲ ਨੰਬਰ ਬੋਲ ਦਿਓ ਵੀਰੇ। ਮੋਬਾਈਲ ਨੰਬਰ ਹੈ ਡਾਕਟਰ ਆਪਣਾ 88990 98728 88990 98728। ਵੀਰ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਉੱਪਰ ਚੱਲ ਰਿਹਾ ਨੋਟ ਕਰ ਲਓ। ਵੀਰੇ ਸੋਨੇ ਜਿਹੜੀ ਵੱਡੇ ਢਾਂਚੇ ਦੀ ਬੈੱਡ ਦੇ ਰਹੇ ਕਿਹੜਾ ਸੂਆ ਸੂਈ ਆ ਬਈਏ? ਇਹ ਡਾਕਟਰ ਦੋ ਦਾ ਹੁੰਦਾ ਦੂਜੇ ਸੂਏ ਸੂਈ ਆ ਫਾਰਮ ਵਾਲੀ ਬੈੱਡ ਆ ਗਈ ਆਪਾਂ ਫਾਰਮ ਚੋਂ ਲਈ ਸੀ ਸੂਈ ਸਵਾਈ ਲਈ ਆ। ਠੀਕ ਅੱਜ ਤੀਜਾ ਦਿਨ ਇਹਨੂੰ ਸੂਈ ਨੋਗਾ ਮਗਰ ਬੱਸਾ ਇਹਦੇ। ਠੀਕ ਹੈ ਬਾਈ। ਤੇ ਜਿਹੜਾ ਹੁਣ ਦੁੱਧ ਕਿਹੜਾ ਜਾਂ ਬੋਲਾ ਕਿਹੜਾ ਦੁੱਧ 18-19 ਕਿਲੋ ਤਿਆਰ ਜਾਨੀ ਕਿ ਜੇ ਆਪਾਂ ਕੁਝ ਪਾਇਆ ਨਹੀਂਗਾ ਠੀਕ ਹੈ ਕੱਲ ਤੋਂ ਸ਼ੁਰੂ ਕਰਨਾ ਸਮਾਂ ਨੇ ਤੇ ਦੁੱਧ ਇਹਨੇ ਪਲੂਨ ਨੇ ਕੱਢਿਆ 35 ਕਿਲੋ 35 ਲੀਟਰ ਦੁੱਧ। ਹਾਂ ਹਾਂ ਇਸ ਵਾਰ ਕਿੰਨਾ ਪਾਊਗਾ ਜੀ? ਇਸ ਵਾਰੀ ਆਸਮੀਤ ਹੈ ਜਿਹੜਾ ਸਾਡਾ ਗਰਮੀ 38 ਕਿਲੋ ਤਾਂ ਕੱਢ ਦੂ ਮੋਇਨ ਉਹਦਾ 40 ਤੋਂ ਪਲੱਸ ਕਹਿੰਦੇ ਦੇਊਗੀ। ਠੀਕ ਹੈ ਯਾਨੀ ਕਿ ਆਪਾਂ 38 ਕਿਲੋ ਕਹਿ ਦਾਂਗੇ। ਖੋਲਾ ਬਈ ਤੋਰ ਕੇ ਦਿਖਾ ਦਈਏ। ਬੱਚਾ ਮਗਰ ਬੱਚਾ ਬਈ ਸੂਈ ਸਵਾਈ ਨਾੜੂਆ ਨਾਲ ਹੀ ਆ। ਦਿਨ ਹਜੇ ਥੋੜੇ ਹੋਏ ਆ। ਬੌਲਾ ਮੰਨ ਲਓ ਬਈ ਕਿੰਨਾ ਤਿਆਰ ਆ? 18 ਕਿਲੋ ਤਿਆਰ। 18 ਲੀਟਰ ਦੁੱਧ ਆ ਇਸ ਟਾਈਮ ਤਿਆਰ। ਐਂ ਮੈਂ ਤਾਂ ਵੱਧ ਹੋਵੇ ਆਪਾਂ ਕਿਹੜਾ ਤੋਲਿਆ ਕਦੇ। ਠੀਕ ਆ ਬਈ। ਫੇਸ ਬਿਊਟੀ ਚੰਗੀ ਆ, ਕੱਦ ਕਾਠ ਬਈ ਪੂਰਾ ਉੱਚਾ ਲੰਮਾ, ਫਾਰਮ ਵਾਲੀ ਬੈੱਡ ਆ, ਆਰਡਰ ਦੀ ਕੁਆਲਿਟੀ ਬਾ ਕਮਾਲ ਦੀ ਆ। ਤੇ ਅੱਜ ਤਰੀਕ ਬਈ 18 ਤੇ 7ਵਾਂ ਮਹੀਨਾ 2023 ਨੂੰ ਆਪਾਂ ਵੀਡੀਓ ਕਵਰ ਕਰਦੇ ਆ। ਜਿਹੜਾ ਆਪਣਾ ਵੀਡੀਓ ਬਣਾਉਣ ਦਾ ਟਾਈਮ ਆ 9:30 ਦਾ ਟਾਈਮ ਆ ਜੀ। ਉਸ ਹਿਸਾਬ ਨਾਲ ਹਵਾਨੇ ਦੀ ਜੱਜਮੈਂਟ ਕਰ ਲਿਓ। ਕਿੰਨੇ ਵਜੇ ਚਵਾਈ ਕਰੀ ਸੀ ਸੋਨੇ ਬਾਈ? ਇਹ ਸਵੇਰ ਆਪਣੀ ਡਾਕਟਰ ਹੋਈ ਵੀ 7 ਵਜੇ ਚਵਾਈ। 7 ਵਜੇ ਦੀ ਚਵਾਈ ਹੋਈ ਵੀ ਉਹ ਥੋੜਾ ਲੇਟ ਹੀ ਉੱਠੀ ਦਾ ਬਾਈ ਯਾਰ। ਠੀਕ ਠੀਕ ਠੀਕ। ਸੀਲ ਸੂਲ ਹੁਣ 9:30 ਹੋਇਆ ਬਾਈ। ਆ ਦੇ ਸਰ ਪੂਰੀ ਠੰਡੀ ਸੀਲ ਆ, ਜੇ ਮਰਜ਼ੀ ਹੱਥ ਵਗੈਰਾ ਲਾਈ ਚੱਲੋ। ਕੱਦ ਧਾਰ ਧੂਰ ਵੀ ਸੋਹਣੀ ਆ ਲੈ ਦੇਖ। ਠੀਕ 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 ਠੀਕ। ਲੈ ਉਂਗਲਾਂ ਵਰਗੀ ਧਾਰ ਆ ਚਾਰੇ ਖਾਣੇ ਦੀ ਧਾਰ ਆ। ਲੈ ਚੱਲ ਪਈ ਜਾਂਦੇ ਥੋੜੇ ਜਿਹਾ ਖੁੱਲੀ ਰਹੀ ਵੀ ਜਰੇ। ਚੰਗੀ ਆ ਬਈ ਬੈਡ ਤਾਂ ਚਾਡੂ ਚਾ ਬਹੁਤ ਉੱਚਾ ਲੰਮਾ, ਆਰਡਰ ਬਾ ਕਮਾਲ ਦਾ, ਬਹੁਤ ਸੋਹਣਾ ਆਰਡਰ। ਉਹ ਤਾਂ ਵੀ ਦੋ ਦਾਂ ਦਾ ਰਟਣ ਵਾਲੇ। ਹਾਂ ਦੁੱਧ ਚੰਗਾ ਪਾਊ, ਵਾਕਈ ਦੁੱਧ ਚੰਗਾ ਪਾਊਗੀ। ਇਸ ਲਈ ਸੂਏ ਵੀ ਦੁੱਧ ਚੰਗਾ ਪਾਇਆ ਵਾ, ਮੂੰਹੋਂ ਵੀ ਹਜੇ ਦੋ ਦਾਂ ਦਾ ਬਈ ਤਾਂ ਚਾਡੂ ਚਾ ਬੈਡ ਦਾ ਬਹੁਤ ਸੋਹਣਾ। ਤੇ ਮੁੱਲ ਕੀ ਆ ਬਈ ਸੋਨੇ ਦਾ? ਡਾਕਟਰ ਗੱਲ ਐ ਆ ਬਈ, ਤੈਨੂੰ ਤਾਂ ਪਤਾ ਹੁਣ ਆਪਣੇ ਤੂੰ ਤਾਂ ਬਹੁਤ ਚਿਰ ਦਾ ਜੁੜਿਆ ਮੈਂ ਆਪਣੇ ਮੁੱਲ ਨਹੀਂ ਇਹਦਾ ਆਪਾਂ ਕਰਨਾ, ਜਿਵੇਂ ਇੱਕ 20 ਮੰਗਲਾ ਇੱਕ 30 ਮੰਗਲਾ, ਇਹਦਾ ਮੁੱਲ ਰੱਖਣਾ ਆਪਾਂ ਜਾਇਜ਼। ਠੀਕ ਹੈ ਵੀਰੇ, ਠੀਕ ਹੈ ਨਾ? ਤਸੱਲੀ ਕਰਕੇ ਅਗਲੇ ਨੇ ਆਪਦੀ ਆਪ ਲੈਣੀ ਆ। ਠੀਕ ਹੈ ਬਈ। ਆਪਾਂ ਮੁੱਲ ਦਾ ਰੱਖਿਆ 90,000, 90,000 ਜਮਾ ਜਾਇਜ਼ ਮੁੱਲ ਰੱਖਣਾ। ਠੀਕ ਹੈ ਜੀ। ਆਈ ਨਹੀਂ ਗਾ ਬੈਡ ਵੱਡੀ ਆਖਣੀ ਬਰੀਟ ਵਾਲੀ 2.5 ਲੱਖ ਮੰਗਲਾ। ਠੀਕ ਹੈ ਨਾ? 90,000 ਮੁੱਲ ਆ, ਮਾਨਤਾਨ ਵਿੱਚੋਂ ਕਰੂ। ਬਿਲਕੁਲ ਬਾਈ ਜਾਇਜ਼ ਰੇਟ 90,000 ਰੁਪਇਆ, ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾਣਾ। ਆਰਡਰ ਬਾਈ ਵਾਕਈ ਬਾ ਕਮਾਲ ਦਾ ਢਾਂਚਾ ਢੂੰਚਾ, ਹੱਥ ਨਵੇਂ ਦਾ ਲੇਵਾ ਬੜਾ ਸੋਹਣਾ ਬਣਾਉਂਦੀ। ਬਾਕੀ ਬਾਈ ਬੈਡ ਹਜੇ ਦੰਦਾਂ 'ਚ ਆ, ਸੂਈ ਸਵਾਈ ਬਾਈ ਦੁੱਧ ਤੇ ਆਈ ਵੀ ਆ ਤੇ ਦੁੱਧ ਚੰਗਾ ਕਰ ਜੂਗੀ। ਅੱਗੇ ਬਾਈ ਸੋਨੇ ਦੋ ਨੰਬਰ ਇਹ ਵੀ ਬਈ ਉੱਥੇ ਰੇਟ ਸੇ ਲਈ ਆ ਫਾਰਮ ਚੋਂ। ਠੀਕ ਹੈ ਬਾਈ। ਇਹ ਵੀ ਬੈਠਣ ਦੇ ਉਹ ਤਾਂ ਮੰਨ ਕੇ 28-29 ਕਿਲੋ ਦੂਜੀ। ਠੀਕ ਹੈ ਬਾਈ। ਤੀਜੇ ਸੂਏ ਹੁੰਦੀ ਆ ਬਈ, ਤੀਜੇ ਸੂਏ ਹੁੰਦੀ ਆ। ਹਾਂ ਦਿਨ 10 ਪਏ ਇਹਦੇ, 10 ਦਿਨ ਲੈਂਦੀ ਆ। ਇੱਕ ਜ਼ਰੂਰ ਨੁਕਸ ਜਦੋਂ ਪਹਿਲਾਂ ਦੱਸ ਦਿੰਦੇ ਆ। ਇਹਦੇ ਨੇ ਇੱਕ ਪਾਸੇ ਗੋਲਾ ਦਬਿਆ ਵਾ, ਛਾਂ ਪੁੱਤਰੀ ਨੂੰ ਆਪਾਂ ਕਹਿ ਦਿੰਦੇ ਆ। ਉਹ ਜ਼ਰੂਰ ਦੁੱਧ ਨੂੰ ਬਹੁਤ ਖਰੀ ਆ। ਠੀਕ 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 ਬਾਈ। ਇੱਕ ਪਾਸੇ ਤੋਂ ਜਿਵੇਂ ਆਪਾਂ ਕਹਿੰਦੇ ਸਾਂ ਪੁੱਤਰੀ ਵੀ ਉਹ ਹੋਇਆ, ਚੱਲ ਕੋਈ ਨਹੀਂ, ਉਹਦਾ ਤਾਂ ਕੋਈ ਚੱਕਰ ਨਹੀਂ। ਨਹੀਂ ਉਹਦਾ ਕੋਈ ਚੱਕਰ ਨਹੀਂ, ਬਾਕੀ ਵੀ ਥੱਲੋਂ ਬਹੁਤ ਸਾਫ਼ ਆ ਦੇ ਹਨ। ਢਿੱਲ ਢੁੱਲ ਦਿਨ ਪਏ 10 ਇਹਦੇ, 10 ਦਿਨ ਲੈਂਦੇ ਆ। 10 ਦਿਨਾਂ ਦੀ ਕੱਚੀ ਆ, ਖਾਣ ਤੁਣ ਸੋਹਣਾ ਬਈ, ਨਾੜਾਂ ਨੂੜਾਂ ਚੰਗੀਆਂ ਨੇ ਤੇ ਕੱਦ ਕਾਠ ਪੂਰਾ ਉੱਚਾ ਲੰਮਾ ਬਈ, ਤੋਰ ਕੇ ਦਿਖਾ ਦੇ। ਹਾਂ ਤੋਰ ਦੇਣਾ। ਯਾਦ ਬਰੀਡ ਦੀ ਪੂਰੀ ਚੰਗੀ ਆ, ਥਣਾ ਦੀ ਪਾਸ ਆ ਸੋਨੇ? ਹਾਂ ਹਾਂ ਥਣਾ ਦੀ ਪਾਸ ਆ ਬਈ, ਨਾ ਆਪਦੀ ਕਰਕੇ ਲਿਜਾ ਸਕਦਾ ਹਾਂ। ਹਾਂ ਠੀਕ ਆ ਬਈ। ਜੇ ਕਿਸੇ ਨੇ ਵੀਡੀਓ ਤੇ ਮੰਗਾਉਣੀ ਆ ਥਣਾ ਦੀ ਗਰੰਟੀ ਆਪਣੀ। ਠੀਕ ਆ ਬਈ। ਫੇਸ ਬਿਊਟੀ ਬਾ ਕਮਾਲ ਦੀ ਆ, ਕੰਨ ਕੁੰਨ ਛੋਟਾ, ਯਾਦ ਬਰੀਡ ਚੰਗੀ ਆ, ਦੁੱਧ ਪਿਛਲੇ ਸਵੇਰ ਦਾ ਵੀਰ ਨੇ ਦੱਸਿਆ ਚੰਗਾ ਪਾਇਆ ਵਾ, ਦਿਨ ਵੀ ਬਾਈ ਹਜੇ 10 ਲੈਂਦੀ ਆ। ਦਸਾਂ ਦਿਨਾਂ ਨੂੰ ਲੇਵਾ ਵਧੀਆ ਸੋਹਣਾ ਬਣਾਇਆ, ਹੁਣ ਤਾਂ ਢਿੱਲਾ ਲੇਵਾ ਤਾਂ ਜਿਵੇਂ ਇਹ ਲੱਗਦਾ। ਹਾਂ ਦਸਾਂ ਦਿਨਾਂ ਨੂੰ ਇਹਨੇ ਬਈ ਪੰਡ ਵਰਗਾ ਹਵਾਨਾ ਪੂਰਾ ਟਾਇਟ ਤਿਆਰ ਕਰਨਾਗਾ। ਬਾਕੀ ਇਹ ਬੁੱਚੀ ਬਾਤੀ ਬਹੁਤ ਚੰਗੀ ਬਰੀਡ ਵਾਲੀ ਬੱਸੀ, ਸੀਲ ਬਥੇਰੀ ਆ ਲੈ, ਪੂਰੀ ਠੰਡੀ ਹਣ ਦੇਖ ਲੈ, ਪੂਰਾ ਚੰਗਾ ਲੱਗਿਆ ਵਾ। ਹਾਂ ਬਈ ਬਹੁਤ ਸੋਹਣਾ ਮੁੱਠੀ ਵਾਲਾ ਥਣਾ, ਚਵਾਈ ਦੀ ਚੰਗੀ, ਬਾਕੀ ਫੇਸ ਫੂਸ ਦੇਖ ਲੈ ਬਹੁਤ ਸੋਹਣਾ, ਫੇਸ ਬਿਊਟੀ ਬਾ ਕਮਾਲ ਦੀ ਬਈ। ਲੈ ਚੱਲ ਸੋਨੇ ਤੇ ਕੀ ਮੁੱਲ ਆ ਬਈ ਇਹਦਾ? ਹੁਣ ਡਾਕਟਰ ਜਿਹੜੇ ਹਿਸਾਬ ਨਾਲ ਦੁੱਧ 28-29 ਕਿਲੋ ਵਾਲਾ 65,000 ਰੁਪਏ ਮੰਗ ਲੈਂਦਾ, ਆਪਣਾ ਮੁੱਲ ਆ 55,000। 55,000 ਆਪਾਂ ਮਾਨਤਾਨ ਕਰਾਂਗੇ 55,000। ਬਾ ਠੀਕ ਬਈ, ਕਰਨਾ ਮਾਨਤਾਨ ਜਾਇਜ਼ ਜੀ। ਬਿਲਕੁਲ ਜਾਇਜ਼ ਰੇਟ ਬਾਈ, 55,000 ਰੁਪਇਆ, ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ। ਚੰਗੀ ਆ ਬਈ ਢਾਂਚੇ ਦੀ ਚੰਗੀ ਆ, ਥੋੜਾ ਜਿਹਾ ਇੱਕ ਪਾਸੇ ਸਾਂ ਪੁੱਤਰੀ ਵੀ, ਉਹਦਾ ਕੋਈ ਚੱਕਰ ਨਹੀਂ, ਬਾਕੀ ਤੋਰ ਵਗੈਰਾ ਬਾਕੀ ਜਿਹਨੇ ਬਈ ਦੁੱਧ ਪਾਉਣਾ ਉਹ ਕਾਹਨੂੰ ਦੇਦਾ ਇੰਨਾ ਕੁਛ, ਹਨਾ? ਆਰਡਰ ਉਡਰ ਸੋਹਣਾ, ਕਿਉਂਕਿ ਐਂ ਆ ਜੀ ਹੁਣ ਜੇ ਗੋਲਾ ਨਾ ਉਤਰਿਆ ਹੁੰਦਾ ਫਿਰ ਬੈਡ ਵੀ 1 ਲੱਖ ਰੁਪਏ ਦੀ ਸੀ ਨਾ। ਹਾਂ ਸਹੀ, ਇਹ ਵੀ ਗੱਲ ਨਾ, ਉਹਦੇ ਨਾਲ ਰੇਟ ਵੀ ਘਟਿਆ ਗਿਆ, ਉਹ ਜਿਹਾ ਰੇਟ ਵੀ ਘਟ ਗਿਆ। ਠੀਕ ਆ ਬਈ। ਅੱਗੇ 3 ਨੰਬਰ ਤੇ ਸੋਨੇ ਇਹ ਡਾਕਟਰ ਨਾ 1.5 ਮਹੀਨੇ ਨੂੰ ਹੋ ਗਿਆ ਸੂਈ ਨੂੰ।
ਤੇ ਸੂਆ ਕਿਹੜਾ ਸੀ? ਸੂਆ ਬਈ ਇਹ ਤੀਜਾ ਹੀ ਆ, ਉਹ ਜਾਨੀ ਕਿ ਗਰੀਬ ਘਰੋਂ ਲਈ ਆ, ਸਾਂਭੀ ਸੁੰਭੀ ਨਹੀਂ ਉਹਨਾਂ ਨੇ। ਓਕੇ ਬਾਈ ਖੋਲ, ਹਾਂ ਬਾਕੀ ਬਹਿਣਾ ਜੀ ਐ ਨੀ, ਤੋਰੇ ਤਾਰੇ ਨੂੰ ਜਾਂਦੀ ਆ, ਬੂਥੀ ਬਾਥੀ ਦੇਖ ਲਾ। ਨੰਦ ਵਧੀਆ ਸਾਰੇ ਹੈਗੇ ਆ ਬਾਈ, ਮੂੰਹ ਬਹੁਤ ਸੋਹਣਾ ਦੇ ਸਾਂਦੇ, ਫੇਸ ਬਿਊਟੀ ਚੰਗੀ ਆ, ਫਰੰਟ ਫਰੁੰਟ ਪੂਰਾ ਚੰਗਾ, ਕੱਦ ਕਾਠ ਪੂਰਾ ਉੱਚਾ ਲੰਮਾ, ਆਰਡਰ ਵੀ ਬਾ ਕਮਾਲ ਦਾ ਤਿਆਰ ਕਰਿਆ ਵਾ, ਤੇ ਸ਼ਾਮ ਤੱਕ ਇਹਨੇ ਆਰਡਰ ਹੋਰ ਵੀ ਸੋਹਣਾ ਤਿਆਰ ਕਰ ਲੈਣਾ। ਲੇਵਾ ਤਾਂ ਬੜਾ ਸੋਹਣਾ ਬਣਾਇਆ ਜੀ, ਦੁੱਧ ਤਿਆਰ ਆ ਸੋਹਣੇ ਕੰਡੇ ਵਾਲਾ, ਕੰਡੇ ਵਾਲਾ ਜਿਹੜਾ ਮਰਜ਼ੀ ਆ ਜਾਏ, 16 ਕਿਲੋ ਦੋ ਟਾਈਮ ਚਵਾਈ ਕਰਕੇ ਲੈ ਜਾ ਸਕਦਾ। ਠੀਕ ਆ ਬਈ, 16 ਲੀਟਰ ਦੁੱਧ ਇਸ ਟਾਈਮ ਕੰਡੇ ਵਾਲਾ। ਐਂ ਡਾਕਟਰ ਆਪਣੇ ਕੋਲੇ ਨਾ ਪਰਸੋਂ ਆਈ ਆ ਦੁੱਧ, ਆਪਾਂ ਥੋੜੇ ਦਿਨਾਂ ਜੇ ਕੋਈ ਚੰਗਾ ਸਾਂਭਣ ਲੈ ਗਿਆ ਦੁੱਧ ਇਹਨੇ 20 ਕਿਲੋ ਕਰਨਾ, ਕਿਉਂਕਿ ਉਹ ਹੈਗੀ ਸੀ ਗਰੀਬ ਘਰੇ। ਠੀਕ ਆ, ਬਾਕੀ ਥਾਣ ਥੁਣ ਬਹੁਤ ਚੰਗਾ ਸੀ, ਦੇਖੋ ਧਾਰਾਂ ਦੇਖ ਲਾ ਲੈ, ਮੋਟੀਆਂ ਧਾਰਾਂ ਉਂਗਲਾਂ ਲੱਗੀਆਂ ਨੇ ਵਰਗੀ, ਸਹੀ ਗੱਲ ਆ ਬਈ। ਆਰਡਰ ਬਹੁਤ ਸੋਹਣਾ ਤਿਆਰ ਕਰਿਆ ਵਾ, ਹਜੇ ਚਵਾਈ ਹੋਈ ਨੂੰ ਬਾਕੀ ਫੇਸ ਬਿਊਟੀ ਦੇ 2 ਘੰਟੇ ਹੋਏ ਆ। ਹਾਂ ਹਾਂ, ਚਵਾਈ ਸ਼ਾਮ ਤੱਕ ਆਰਡਰ ਨੇ ਪੂਰਾ ਟੌਪ। ਲੇਵਾ ਤਾਂ ਬੜਾ ਸੋਹਣਾ ਬਣਾਉਂਦੀ ਆ, ਮੈਂ ਦੇਖ ਕੇ ਤਾਂ ਲੱਗਦਾ ਤੂੰ 24-25 ਕਿਲੋ ਕੱਢੂਗੀ। ਠੀਕ ਆ ਬਈ, ਆ ਦੇਖ ਲੈ ਫੇਸ ਬਹੁਤ ਸੋਹਣਾ। ਬਾਕੀ ਬਹਿਣਾ ਜੀ ਆ, ਤੇ ਕੀ ਮੁੱਲ ਆ ਬਾਈ ਇਹਦਾ? ਇਹਦਾ ਡਾਕਟਰ ਆਏ ਆ, ਮੁੱਲ ਇਹਦਾ ਵੀ ਤੁਹਾਨੂੰ ਪਤਾ ਲੱਗਿਆ ਜੀ। ਇਹ ਆਪਾਂ 20,000 ਦੀ ਦੇ ਦਾਂਗੇ, ਛੋਟ ਕਰ ਦੂੰ ਬੇਲੀ 42,000 ਰੁਪਏ ਮਾਨਤਾਨ ਕਰੋਗੇ? ਹਾਂ ਮਾਨਤਾਨ ਕਰ ਦਾਂਗੇ, ਛੋਟ ਕਰ ਦਾਂਗੇ ਬੇਲੀ ਚ। ਬਿਲਕੁਲ ਬਾਈ, ਜਾਇਜ਼ ਰੇਟ 42,000। ਐਵੇਂ ਕੀ ਫਾਇਦਾ ਬਾਈ, ਕਿਸੇ ਦੇ ਗਲ ਵੱਢੀ ਆ, ਬਸ ਅਗਲਾ ਰੁਪਿਆ ਇਕੱਠਾ ਕਰਦਾ। 42,000 ਰੁਪਏ ਦਾ ਮੁੱਲ ਆ ਮਾਨਤਾਨ। ਐਂ ਆਪਦਾ ਹੱਕ ਵੀ ਲੈ ਲਓ, ਜਾਇਜ਼ ਜਾਂ ਗਾਂ ਵੀ ਅਗਲੇ ਨੂੰ ਛੱਡ ਕੇ ਦੇ ਦੋ। ਬਾ ਠੀਕ ਆ ਬਾਈ, ਚੰਗੀ ਆ ਬਾਈ, ਬੜ ਸਮੀ ਪਲੀ ਆ, ਦੁੱਧ ਹੈਗਾ ਇਸ ਟਾਈਮ 16 ਲੀਟਰ, ਤੇ ਆ ਬੈਡ ਵੀ ਚੰਗੀ ਆ, ਦੁੱਧ ਚੰਗਾ ਪਾਊਗੀ, ਤੇ ਮੁੱਲ ਇਹਦਾ ਵੀ ਜਾਇਜ਼ ਹੀ ਆ 55,000, ਤੇ ਆ ਬੈਡ ਤਾਂ ਚੰਗੀ ਹੈਗੀ ਹੈਗੀ ਆ ਬਾਈ, ਇਹਦਾ ਵੀ ਮੁੱਲ ਜਾਇਜ਼ ਹੀ ਆ, ਬੈਡ ਦੇ ਹਿਸਾਬ ਨਾਲ 90,000 ਰੁਪਇਆ ਮਾਨਤਾਨ ਹੋ ਜਾਊਗਾ। ਤੇ ਆਰਡਰ ਉਡਰ ਬਾਈ ਬਾ ਕਮਾਲ ਦਾ ਦੇ ਸਾਰਾ, ਚੈੱਕ ਕਰ ਲਓ ਦੁੱਧ ਵਾਕਈ ਚੰਗਾ ਪਾ ਦੂ, ਸੂਈ ਸਵਾਈ ਮਗਰ ਬੱਚਾ ਜੇਰ ਜੂਰ ਵਗੈਰਾ ਡਾਨ ਨਾ, ਕਿਸੇ ਵੀਰ ਨੂੰ ਤਿੰਨੇ ਨਗਾਂ ਜੋ ਕੋਈ ਵੀ ਨਾ ਪਸੰਦ ਆਵੇ ਤਾਂ ਭਰਾ ਨਾਲ ਕਨੈਕਟ ਕਰਕੇ ਖਰੀਦ ਲਿਓ। ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ।